ਸਿਦਕ ਦੇ ਪੇੜੇ ਪਾਰ। ਇੱਕ ਸੱਜਣ ਸ਼ਿਮਲੇ ਸਰਕਾਰੀ ਦਫ਼ਤਰ ਵਿੱਚ ਕਲਰਕ ਸਨ। ਆਪ ਨਾਭਾ ਹਾਊਸ ਤੋਂ ਹੇਠਾਂ ਕਰਕੇ ਇੱਕ ਮਕਾਨ ਵਿੱਚ ਰਹਿੰਦੇ ਸਨ। ਸਾਰੇ ਪਰਿਵਾਰ ਵਿੱਚ ਕਮਾਈ ਕਰਨ ਵਾਲਾ ਕੱਲਮ ਕੱਲਾ ਇਹੋ ਇੱਕੋ ਹੀ ਜੀ ਸੀ। ਇਸ ਦੀਆਂ ਅੱਖਾਂ ਵਿਗੜ ਗਈਆਂ। ਅੱਖ ਦੇ ਵੱਡੇ ਡਾਕਟਰ ਨੇ ਸਾਫ਼ ਕਹਿ ਦਿੱਤਾ ਕਿ ਇਹਨਾਂ ਦੀ ਬਿਮਾਰੀ ਹੁਣ ਇਲਾਜ ਤੋਂ ਬਾਹਰ ਹੋ ਚੁੱਕੀ ਹੈ। ਹੁਣ ਇਹ ਅੱਖਾਂ ਕਿਸੇ ਹਾਲਤ ਵਿੱਚ ਵੀ ਠੀਕ ਨਹੀਂ ਹੋ ਸਕਦੀਆਂ। ਜਿਸ ਵੇਲੇ ਆਪਦੀ ਇਸਤਰੀ ਨੇ ਇਹ ਗੱਲ ਸੁਣੀ ਤਾਂ ਉਸ ਲਈ ਦੁਨੀਆ ਹਨੇਰ ਘੁੱਪ ਘੋਰ ਹੋ ਗਈ। ਉਹ ਬੇਹਬਲ ਹੋ ਡਾਂਡਾ ਮਾਰ ਮਾਰ ਰੋਈ। ਉਸਦਾ ਦੁੱਖ ਦੇਖਿਆ ਨਹੀਂ ਸੀ ਜਾਂਦਾ। ਉਹਨਾਂ ਦੇ ਘਰ ਇੱਕ ਸਿੰਘ ਸਾਹਿਬ ਸੰਤ ਜੀ ਮਹਾਰਾਜ ਆਏ। ਉਹਨਾਂ ਬੀਬੀ ਨੇ ਉਸਦੇ ਪਤੀ ਨੂੰ ਉਪਦੇਸ਼ ਦਿੱਤਾ ਕਿ ਵਾਹਿਗੁਰੂ ਅੱਗੇ ਅਰੋਗਤਾ ਲਈ ਪ੍ਰਾਰਥਨਾ ਕਰੋ। ਤਤ ਛਿੰਨ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਘਰ ਰੱਖਿਆ ਗਿਆ। ਇਹ ਜੋੜਾ ਹਰ ਰੋਜ਼ ਵਾਹਿਗੁਰੂ ਦੇ ਦਰਬਾਰ ਅਰੋਗਤਾ ਲਈ ਪ੍ਰਾਰਥਨਾ ਕਰੇ। ਖਾਸ ਕਰ ਉਸ ਸੱਜਣ ਦੀ ਸੁਪਤਨੀ ਤਾਂ ਨਿਮਰਤਾ ਦਾ ਪੁਤਲਾ ਬਣ ਕੇ ਜੋਧੜੀਆਂ ਕਰੇ। ਇਹੋ ਜਿਹੀ ਨਿਮਰਤਾ ਦੇ ਸਿਦਕ ਭਰੀ ਅਰਦਾਸਾਂ ਅਸਾਂ ਅੱਜ ਤੱਕ ਨਹੀਂ ਸੁਣੀ। ਇਹ ਸੱਚੇ ਦਿਲ ਵਿੱਚੋਂ ਪ੍ਰੇਮ ਨਾਲ ਭਿੱਜੀ ਹੋਈ ਫੁਹਾਰੇ ਵਾਂਗ ਨਿਕਲੀ ਅਰਦਾਸ ਸੀ। ਜਦ ਪਾਠ ਦਾ ਭੋਗ ਪਿਆ, ਉਸ ਸੱਜਣ ਦੀਆਂ ਅੱਖਾਂ ਤੋਂ ਪੱਟੀ ਖੋਲ੍ਹੀ ਗਈ ਅਤੇ ਵਾਹ ਬਲਹਾਰ, ਇੱਕ ਜ਼ਾਹਰਾ ਕਰਾਮਾਤ ਵੇਖਣ ਵਿੱਚ ਆਈ। ਉਹ ਸੱਜਣ ਹੁਣ ਆਪਣੀਆਂ ਅੱਖਾਂ ਨਾਲ ਬਹੁਤ ਚੰਗੀ ਤਰ੍ਹਾਂ ਦੇਖ ਸਕਦਾ ਸੀ। ਦੂਜੀ ਹੋਰ ਸੁਣੋ। ਇੱਕ ਸੱਜਣ ਦੀ ਬਾਹ ਸੁੱਜ ਗਈ। ਡਾਕਟਰਾਂ ਨੇ ਕਿਹਾ ਇਹ ਬਾਂਹ ਕੱਟ ਦੇਣੀ ਪਵੇਗੀ। ਬਿਮਾਰ ਨੂੰ ਅੱਜ ਹੀ ਹੁਣੇ ਸ਼ਾਮ ਤੱਕ ਹਸਪਤਾਲ ਪਹੁੰਚਾਓ ਅਤੇ ਬਾਂਹ ਕਟਾ ਦਿਓ, ਨਹੀਂ ਤਾਂ ਫਿਰ ਕੁਛ ਨਹੀਂ ਬਣਨਾ, ਕਿਉਂਕਿ ਜ਼ਹਿਰ ਉੱਪਰ ਨੂੰ ਦਬਾਦਬ ਚੜ ਰਿਹਾ ਹੈ। ਡਾਕਟਰਾਂ ਨੂੰ ਬੇਨਤੀ ਕੀਤੀ ਗਈ ਕਿ ਅੱਜ ਦੀ ਰਾਤ ਜ਼ਰਾ ਉਡੀਕ ਲਵੋ, ਕੱਲ੍ਹ ਸਵੇਰੇ ਐਂਬੂਲੈਂਸ ਕਾਰ ਬਿਮਾਰ ਲਿਜਾਣ ਵਾਲੀ ਗੱਡੀ ਆਵੇਗੀ ਅਤੇ ਰੋਗੀ ਨੂੰ ਹਸਪਤਾਲ ਪਹੁੰਚਾ ਦੇਵੇਗੀ। ਉਸ ਰਾਤ ਰੋਗੀ ਨੇ ਵਾਹਿਗੁਰੂ ਜੀ ਨਾਲ ਸਾਂਝ ਕੀਤੀ, ਸਿਮਰਨ ਅਤੇ ਪ੍ਰਾਰਥਨਾ ਵਿੱਚ ਲੰਘਾਈ। ਆਪ ਅਰਦਾਸ ਕੀਤੀ, ਹੇ ਪਾਤਸ਼ਾਹ, ਇਸ ਹੱਥ ਨਾਲ ਹਾਰਮੋਨੀਅਮ ਵਜਾ ਵਜਾ ਕੇ ਤੇਰਾ ਕੀਰਤਨ ਅਤੇ ਸਿਫਤ ਸਲਾਹ ਕਰਦਾ ਹਾਂ। ਤੂੰ ਆਪਣੀਆਂ ਅਰਸ਼ੀ ਮਹਿਰਾ ਵਰਸਾ। ਪ੍ਰਭਾਤ ਹੋਈ, ਦਿਨ ਚੜਿਆ ਅਤੇ ਕੀ ਡਿੱਠਾ, ਉਹ ਸੋਜ ਅਤੇ ਜ਼ਹਿਰੀਲਾ ਮਾਦਾ ਕਾਫ਼ੀ ਘਟਦਾ ਜਾ ਰਿਹਾ ਸੀ। ਡਾਕਟਰਾਂ ਦਾ ਓਪਰੇਸ਼ਨ ਹੁਣ ਕਿਸ ਕਰਨਾ ਸੀ? ਡਾਕਟਰ, ਜੋ ਕਿ ਅੰਮ੍ਰਿਤਸਰ ਦਾ ਇੱਕ ਸਿਆਣਾ ਅਤੇ ਤਜਰਬੇਕਾਰ ਮੁਸਲਮਾਨ ਸਰਜਨ ਸੀ, ਉਹ ਕਰਾਮਾਤ ਤੱਕ ਕੇ ਹੈਰਾਨ ਪਰੇਸ਼ਾਨ ਰਹਿ ਗਿਆ। ਗੁਰਦਿੱਤ ਸਿੰਘ ਮਲਨ।